ਸੜਕ ਦੇ ਉੱਤੇ ਪ੍ਰਦਰਸ਼ਨ ਕਰ ਰਹੇ ਇਹ ਲੋਕ ਹੱਥਾਂ ਦੇ ਵਿੱਚ ਲਾਲਟੇਨ ਅਤੇ ਮੱਥੇ ਅਤੇ ਗਲੇ ਦੇ ਵਿੱਚ ਬਿਜਲੀ ਦੇ ਮੀਟਰ ਪਹਿਨ ਕੇ ਸਰਕਾਰ ਤੋਂ ਮੰਗ ਕਰ ਰਹੇ ਨੇ ਕਿ ਸਰਕਾਰ ਨੇ ਜੋ ਬਿਜਲੀ ਦੀਆਂ ਦਰਾਂ ਵਧਾਈਆਂ ਨੇ ਉਨ੍ਹਾਂ ਨੂੰ ਜਲਦੀ ਤੋਂ ਜਲਦੀ ਵਾਪਸ ਲਿਆ ਜਾਵੇ, ਕਿਉਂਕਿ ਇੱਕ ਤਾਂ ਪਹਿਲਾਂ ਹੀ ਪੰਜਾਬ ਦੇ ਵਿੱਚ ਮੰਦੀ ਚੱਲ ਰਹੀ ਹੈ ਅਤੇ ਹੁਣ ਲੋਕ ਜ਼ਿਆਦਾ ਮਹਿੰਗਾਈ ਦਾ ਬੋਝ ਨਹੀਂ ਚੱਲ ਸਕਦੇ। ਪਹਿਲਾਂ ਹੀ GST ਦੇ ਵਜ੍ਹਾ ਦੇ ਨਾਲ ਪੰਜਾਬ ਦੇ ਲੋਕਾਂ ਦਾ ਬੁਰਾ ਹਾਲ ਹੋ ਚੁੱਕਿਆ ਅਤੇ ਉੱਪਰ ਤੋਂ ਕਾਂਗਰਸ ਨੇ ਵੀ ਬਿਜਲੀ ਦੀਆਂ ਦਰਾਂ ਦੇ ਵਿੱਚ ਵਡੋਤਰੀ ਕਰ ਦਿੱਤੀ ਹੈ, ਜਿਸ ਦੇ ਨਾਲ ਗਰੀਬ ਬੰਦੇ ਨੂੰ ਪੱਖਾ ਚਲਾਉਣਾ ਵੀ ਮੁਸੀਬਤ ਲੱਗਣ ਲੱਗਿਆ। ਅੱਜ ਦੇ ਪ੍ਰਦਰਸ਼ਨ ਦੇ ਵਿੱਚ ਉਨ੍ਹਾਂ ਨੇ ਇਹ ਦਿਖਾਇਆ ਕਿ ਇਹ ਲਾਲਟੇਨ ਦਾ ਦੁਬਾਰਾ ਤੋਂ ਸਮਾਂ ਆ ਚੁੱਕਿਆ, ਹੁਣ ਲਾਲਟੇਨ ਹੀ ਜਗਾਉਣੀ ਪਵੇਗੀ ਅਤੇ ਬਿਜਲੀ ਦੇ ਮੀਟਰ ਅਤੇ ਟਿਊਬ ਲਾਈਟਾਂ ਅਤੇ ਬੱਲਬ ਸਿਰਫ ਸ਼ੋਪੀਸ ਬਣ ਕੇ ਰਹਿ ਜਾਣਗੇ। ਇਸ ਦੇ ਲਈ ਸਰਕਾਰ ਤੋਂ ਮੰਗ ਕੀਤੀ ਹੈ ਕਿ ਜਲਦੀ ਤੋਂ ਜਲਦੀ ਵਧਾਈਆਂ ਹੋਈਆਂ ਬਿਜਲੀ ਦਰਾਂ ਨੂੰ ਵਾਪਸ ਲਵੇ। ਇਹ ਜਿਹੜਾ ਰੋਜ਼ ਪ੍ਰਦਰਸ਼ਨ ਕੀਤਾ, ਜਿਹੜੇ ਸੈਂਕੜਾਂ ਦੀ ਤਾਦਾਦ ਚ ਮੇਰੇ ਮਗਰ ਵਪਾਰੀ ਸੜਕਾਂ ਤੇ ਆਏ ਆ, ਨੌਜਵਾਨ ਆਏ ਆ, ਉਹ ਇਸ ਗੱਲ ਕਰਕੇ ਆਏ ਕਿ ਜਿਹੜਾ ਪੰਜਾਬ ਸਰਕਾਰ ਨੇ ਰੇਟਾਂ ਦੇ ਰੇਟ ਰਾਤੋ ਰਾਤ ਚੋਰੀ ਚੋਰੀ ਜਿਹੜੇ 10% ਵਧਾਏ ਆ, ਜਿਹੜੇ ਕਹਿੰਦੇ ਸੀ 4 ਰੁਪਏ 5 ਰੁਪਏ ਯੂਨਿਟ ਅਸੀਂ ਦੇਵਾਂਗੇ, 5 ਰੁਪਏ ਇੰਡਸਟਰੀ ਨੂੰ ਦੇਵਾਂਗੇ, ਕੋਈ ਇਹ ਜਿਹਾ ਕੰਮ ਇਹਨਾਂ ਨੇ ਨਹੀਂ ਕੀਤਾ। ਝੂਠ ਬੋਲ ਕੇ ਆਈ ਹੋਈ ਸਰਕਾਰ, ਜਿਹੜੀ ਸਰਕਾਰ ਨੇ ਝੂਠ ਬੋਲਿਆ ਸ਼ੁਰੂ ਤੋਂ ਲੈ ਕੇ ਹੁਣ ਤੱਕ, ਹਜੇ ਤੱਕ ਇੱਕ ਵੀ ਵਾਅਦਾ ਨਹੀਂ ਪੂਰਾ ਕੀਤਾ। ਟੈਕਸਾਂ ਦੀ ਮਾਰ ਸਾਡੇ ਤੇ ਮਾਰ ਰਹੇ ਆ, ਆ ਬਿਜਲੀ ਦੇ ਜਿਹੜੇ ਬਿੱਲ ਆ ਸਾਡੇ ਤੇ ਪਾਤੇ। ਅਸੀਂ ਇਹ ਸਰਕਾਰ ਨੂੰ ਪੁੱਛਣਾ ਚਾਹੁੰਦੇ ਹਾਂ, ਤੁਸੀਂ ਕਹਿੰਦੇ ਸੀ 5 ਰੁਪਏ ਯੂਨਿਟ ਦੇਵਾਂਗੇ, ਇੰਨਾ ਬੋਝ ਸਾਡੇ ਤੇ ਕਿਉਂ ਪਾਇਆ ਜਾ ਰਿਹਾ? ਫਿਰ ਸਭ ਤੋਂ ਵੱਡੀ ਗੱਲ ਇਹ ਤਾਂ ਹੈਗੀ ਹੈ, ਮੈਂ ਸਾਰੇ ਪੰਜਾਬ ਵਾਸੀਆਂ ਨੂੰ ਬੇਨਤੀ ਕਰਦਾ ਕਿ ਤੁਸੀਂ ਵੀ ਟੈਲੀਵਿਜ਼ਨਾਂ ਤੇ ਕੈਪਟਨ ਦੇ ਵੱਡੇ ਵੱਡੇ ਵਾਅਦੇ ਸੁਣੇ ਸੀ, ਜਿਹੜੇ ਕਹਿੰਦੇ ਸੀ 5 ਰੁਪਏ ਯੂਨਿਟ ਦੇਵਾਂਗੇ, ਅੱਜ ਉਹ ਸਾਡੇ ਤੇ 10% ਸੈਂਕੜੇ 10 ਰੁਪਏ% ਜਿਹੜੇ ਰੇਟ ਵਧਾਏ ਆ ਉਹ 1 ਅਪ੍ਰੈਲ ਤੋਂ ਲਾਗੂ ਕਰਤੇ। ਪਿਛਲੇ 7 ਮਹੀਨਿਆਂ ਦਾ ਬੋਝ ਵੀ ਸਾਡੇ ਤੇ ਪਾਤਾ। ਜਿਹੜੇ ਕਿਰਾਏਦਾਰ ਕੋਈ ਕਿਰਾਏ ਤੇ ਦੁਕਾਨਾਂ ਲਈ ਬੈਠੇ ਸੀ ਜਾਂ ਕਿਰਾਏ ਤੇ ਬੈਠੇ ਸੀ, ਉਹ ਲੋਕ ਘਰ ਛੱਡ ਕੇ ਚਲੇ ਗਏ, ਸਾਰੇ ਪੈਸੇ ਮਾਲਕਾਂ ਨੂੰ ਪੈ ਗਏ। ਇਹ ਗਰੀਬਾਂ ਨੂੰ ਮਾਰਿਆ ਜਾ ਰਿਹਾ ਹੈ, ਅਮੀਰਾਂ ਨੂੰ ਦਬਾਇਆ ਜਾ ਰਿਹਾ ਹੈ। ਇਹ ਸਰਕਾਰ ਨਹੀਂ, ਇਹ ਸਭ ਤੋਂ ਝੂਠੀ ਸਰਕਾਰ ਹੈ ਜਿਹੜੀ ਹਰ ਵਾਅਦੇ ਤੋਂ ਭੱਜ ਰਹੀ ਹੈ। ਇਹ ਪ੍ਰਦਰਸ਼ਨ ਮੀਟਰ ਲਾ ਕੇ ਦਿਖਾਇਆ ਵੀ ਇਹ ਸ਼ੋ ਪੀਸ ਰਹਿ ਗਿਆ, ਇਹਨੂੰ ਸਿਰਫ ਧੂਪ ਅਗਰਬੱਤੀ ਦਿਓ। ਲਾਲਟਰਨਾ ਜਗਾ ਕੇ ਦਿਖਾਇਆ ਕਿ ਜਿਹੜੀ 1947 ਤੋਂ ਪਹਿਲਾਂ ਲਾਲਟਰਨਾ ਜਗਦੀਆਂ ਸੀ ਉਹੀ ਜਗਾਉਣ ਦੀ ਲੋੜ ਹੈ। ਇਸ ਕਰਕੇ ਬਿਜਲੀ ਦੇ ਜਿਹੜੇ ਰੇਟ ਵਧਾਏ ਆ ਸਰਕਾਰ ਨੂੰ ਵਾਪਸ ਲੈਣਾ ਚਾਹੀਦਾ। ਮੈਂ ਪੰਜਾਬ ਵਾਸੀਆਂ ਨੂੰ ਬੇਨਤੀ ਕਰਦਾ ਕਿ ਸੜਕਾਂ ਤੇ ਆ ਜਾਓ, ਇਹਨਾਂ ਦੇ ਖਿਲਾਫ ਆਪਦੇ ਹੱਕਾਂ ਦੀ ਲੜਾਈ ਲੜੋ। ਬਠਿੰਡਾ ਤੋਂ ਕੈਮਰਾਮੈਨ ਰਜੇਸ਼ ਕੁਮਾਰ ਦੇ ਨਾਲ ਜਗਨੂ ਸ਼ਰਮਾ ਦੀ ਰਿਪੋਰਟ, ਜਗਤ ਸੇਵਕ, ਵੈਬ ਟੀਵੀ।